28 ਤਰੀਕ ਦਿਨ ਬੁੱਧਵਾਰ ਦਾ ਦਿਨ ਜੋ ਹੈ ਉਹ ਮੁਕਰਰ ਕੀਤਾ ਗਿਆ ਹੈ, ਜਿਸ ਦਿਨ ਕਿ ਮਹਿੰਦਰਪਾਲ ਬਿੱਟੂ ਦੀ ਜੋ ਹੈ ਕੋਟਕਪੂਰਾ ਦੇ ਇਸ ਨਾਮ ਚਰਚਾ ਘਰ ਵਿੱਚ ਉਹਨਾਂ ਦੀ ਜੋ ਹੈ ਅੰਤਿਮ ਅਰਦਾਸ ਜੋ ਹੈ ਇੱਥੇ ਕੀਤੀ ਜਾਣੀ ਹੈ। ਜੇਕਰ ਡੇਰਾ ਸੱਚਾ ਸੌਦਾ ਦੀ ਗੱਲ ਕੀਤੀ ਜਾਵੇ ਤਾਂ ਨਾਮ ਚਰਚਾ ਦਾ ਨਾਮ ਜੋ ਹੈ ਇੱਕ ਉਹਨਾਂ ਵੱਲੋਂ ਸਤਸੰਗ ਕੀਤਾ ਜਾਂਦਾ ਹੈ, ਉਸਦਾ ਆਯੋਜਨ ਕੋਟਕਪੂਰਾ ਵਿੱਚ ਇੱਥੇ ਕੀਤਾ ਜਾਣਾ ਹੈ। ਹਾਲਾਂਕਿ ਸਿਕਿਉਰਿਟੀ ਦੀ ਗੱਲ ਕੀਤੀ ਜਾਵੇ ਤਾਂ BSF ਦੇ ਜਵਾਨਾਂ ਦੇ ਨਾਲ ਨਾਲ ਜੋ ਪੰਜਾਬ ਪੁਲਿਸ ਹੈ ਉਹ ਵੀ ਇੱਥੇ ਬਕਾਇਦਾ ਉਸ ਦਿਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਡਟੀ ਹੋਈ ਹੈ, ਜਦੋਂ ਕਿ ਇੱਥੇ ਮਹਿੰਦਰਪਾਲ ਸਿੰਘ ਬਿੱਟੂ ਦੀ ਜੋ ਹੈ ਡੈਡ ਬੋਡੀ ਰੱਖੀ ਗਈ ਸੀ। ਉਸ ਤੋਂ ਬਾਅਦ ਇੱਕ ਹਾਈ ਲੈਵਲ ਦੀ SIT ਦਾ ਗਠਨ ਕੀਤਾ ਜਾਂਦਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਜਾਂਚ ਦੀ ਗੱਲ ਕੀਤੀ ਜਾਂਦੀ ਹੈ ਕਿ ਇੱਕ ਜਾਂਚ ਇੱਥੇ ਕੀਤੀ ਜਾਵੇਗੀ, ਜਿਸ ਨਾਲ ਕਿਹਾ ਜਾਂਦਾ ਕਿ ਜੋ ਕਿ ਅੰਦੇਸ਼ਾ ਜਤਾਇਆ ਸੀ ਪਰਿਵਾਰਕ ਸੱਜਣਾਂ ਨੇ, ਪਰਿਵਾਰਕ ਜੋ ਸਦੱਸਿਆ ਸੀ ਉਹਨਾਂ ਦੇ, ਉਹਨਾਂ ਨੇ ਇੱਕ ਅੰਦੇਸ਼ਾ ਜਤਾਇਆ ਸੀਗਾ ਕਿ ਜੋ ਮਹਿੰਦਰਪਾਲ ਸਿੰਘ ਬਿੱਟੂ ਦੀ ਮੌਤ ਹੋਈ ਹੈ ਉਹ ਇੱਕ ਸਾਜ਼ਿਸ਼ ਦੇ ਤਹਿਤ ਹੋਈ ਹੈ। ਹਾਲਾਂਕਿ ਹਰੇਕ ਨੇ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ, ਪਰ ਅਸਲ ਮਾਮਲਾ ਜੋ ਪੂਰਾ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਫਿਲਹਾਲ ਹੁਣ ਤੱਕ ਦੇ ਲਈ ਸਭ ਤੋਂ ਵੱਡੀ ਜਾਣਕਾਰੀ ਇਹੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਹਿੰਦਰਪਾਲ ਸਿੰਘ ਬਿੱਟੂ ਦੀ ਜੋ ਅੰਤਿਮ ਅਰਦਾਸ ਹੋਣੀ ਹੈ ਉਹ 28 ਤਰੀਕ ਨੂੰ ਯਾਨੀ ਕਿ ਸ਼ੁੱਕਰਵਾਰ ਨੂੰ 11 ਵਜੇ ਕੋਟਕਪੂਰਾ ਵਿੱਚ ਹੀ ਹੋਣੀ ਹੈ। ਫਿਲਹਾਲ ਵੇਖਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਜੋ SIT ਹੈ ਉਹ ਆਪਣਾ ਕੰਮ ਕਦੋਂ ਤੱਕ ਪੂਰਾ ਕਰਦੀ ਹੈ ਅਤੇ ਜੋ ਅਸਲ ਵਜ੍ਹਾ ਹੈ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਦੀ ਉਹ ਸਾਹਮਣੇ ਆਉਂਦੀ ਹੈ। ਕੋਟਕਪੂਰਾ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ TV।